ਬੜੀ ਹੀ ਨਰਮ ਪੱਤੀ ਹਾਂ ਤੂਫਾਨਾਂ ਦੀ ਸਤਾਈ ਹਾਂ ਮੈਂ ਟੁੱਟ ਕੇ ਸ਼ਾਖ ਆਪਣੀ ਤੋਂ ਤੇਰੇ ਕਦਮਾਂ ਚ ਆਈ ਹਾਂ ਮੈਂ ਕਿਸ ਨੂੰ ਆਪਣਾ ਅੱਖਾਂ ਕੇ ਇੱਥੇ ਕੌਣ ਹੈ ਮੇਰਾ ਮੈਂ ਕੱਲ ਪੇਕੇ ਪਰਾਈ ਸੀ ਤੇ ਅੱਜ ਸਹਰੇ ਪਰਾਈ ਹਾਂ ਤੇ ਹਾਇ ਥਲ ਤੇਰੀ ਖਾਤਰ ਮੈਂ ਕੀ ਕੀ ਰੂਪ ਬਦਲੇ ਨੇ ਘਟਾ ਬਣ ਕੇ ਵੀ ਛਾਈ ਹਾਂ ਨਦੀ ਬਣ ਕੇ ਵੀ ਆਈ ਹਾਂ ਨਾ ਮੇਰੇ ਹੰਜੂਆਂ ਤੋਂ ਡਰ ਕਿ ਪੱਲਾ ਘਰ ਤੇਰੀ ਖਾਤਰ ਚੁਪਾ ਕੇ ਬੁੱਲੀਆਂ ਵਿੱਚ ਮੈਂ ਬੜੇ ਹਾਸੇ ਲਿਆਈ ਹਾਂ ਮੇਰੀ ਤਸਵੀਰ ਇੱਕ ਸਿੱਕਾ ਹੈ ਜਿਸ ਦੇ ਦੋ ਦੋ ਪਹਿਲੂ ਨੇ ਕਿਸੇ ਲਈ ਦਰਦ ਬਣ ਜਾਵਾਂ ਕਿਸੇ ਲਈ ਮੈਂ ਦਵਾਈ ਹਾਂ ਮੇਰਾ ਜੱਗ ਤੇ ਮੁਕਾਮ ਐ ਦੋਸਤ ਅਜੇ ਨਿਸ਼ਚਿਤ ਨਹੀਂ ਹੋਇਆ ਕੋਈ ਆਖੇ ਮਜ਼ਰ ਰਹਾ ਕੋਈ ਆਖੇ ਖੁਦਾਈ ਹਾਂ ਇਹ ਰੁੱਤਾਂ ਸਾਰੀਆਂ ਮੈਨੂੰ ਮੇਰੇ ਅਨਕੂਲ ਹੀ ਜਾਪਣ ਮੈਂ ਬਾਰਿਸ਼ ਨੇ ਵੀ ਝੰਬੀ ਹਾਂ ਮੈਂ ਧੁੱਪ ਨੇ ਵੀ ਤਪਾਈ ਹਾਂ ਵਾਹ ਬਹੁਤ ਸੋਹਣਾ ਸਤਿ ਸ਼੍ਰੀ ਅਕਾਲ ਮੈਂ ਰੁਪਿੰਦਰ ਕੌਰ ਸੰਧੂ ਅੱਜ ਦੇ ਸਾਡੇ ਮਹਿਮਾਨ ਕੌਣ ਨੇ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਪਹਿਲਾਂ ਵੀ ਮੈਂ ਇਹਨਾਂ ਨਾਲ ਇੱਕ ਮੁਲਾਕਾਤ ਕਰ ਚੁੱਕੀ ਆ ਇਹਨਾਂ ਦੀ ਜ਼ਿੰਦਗੀ ਇਹਨਾਂ ਦੀਆਂ ਲਿਖਤਾਂ ਬਾਰੇ ਪਰ ਅੱਜ ਦੀ ਥੋੜੀ ਜੀ ਮੁਲਾਕਾਤ ਸਾਡੀ ਵੱਖਰੀ ਆ ਤੇ ਜੀ ਆਇਆਂ ਕਹਿੰਦੇ ਆ ਸੁਖਵਿੰਦਰ ਅਮਰਿਤ ਜੀ ਨੂੰ ਸਤਿ ਸ਼੍ਰੀ ਅਕਾਲ ਮੈਮ ਜੀ ਸਤਿ ਸ਼੍ਰੀ ਅਕਾਲ ਰੁਪਿੰਦਰ ਕੀ ਹਾਲ ਹੈ ਤੁਹਾਡਾ ਬਿਲਕੁਲ ਠੀਕ ਹੈ ਪਹਿਲਾਂ ਮੈਂ ਤੁਹਾਨੂੰ ਨਾ ਅੱਜ ਇੱਕ ਤਾਰੀਫ਼ ਵਾਲੀ ਗੱਲ ਕਹਿਣੀ ਆ अच्छा जी कि मतलब ਜਦੋਂ ਮੈਂ ਉਹਦੋਂ ਤੁਹਾਨੂੰ ਫੋਨ ਕੀਤਾ ਮੈਨੂੰ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਹੋਈ ਤੁਸੀਂ ਮੈਨੂੰ ਪਛਾਣਿਆ ਹਾਂ ਤੇ ਦੁੱਧਾ ਤੁਸੀਂ ਬਹੁਤ ਮੋਹ ਨਾਲ ਬੋਲਦੇ ਹੋ ਹਨਾ ਥੈਂਕ ਯੂ ਤੇ ਬਹੁਤ ਘੱਟ ਮਤਲਬ ਐਦਾਂ ਦੇ ਮਲਾਪੜੇ ਲੋਕ ਹੁੰਦੇ ਨੇ ਜੋ ਤੁਸੀਂ ਮੈਨੂੰ ਫੋਨ ਤੇ ਪੁੱਤ ਗਿਆ ਨਾ ਮੈਨੂੰ ਬਹੁਤ ਚੰਗਾ ਲੱਗਾ ਅੱਛਾ ਹੁਣ ਪੁੱਤ ਨੂੰ ਤਾਂ ਪੱਤੀ ਕਹਿਣਾ ਬਿਲਕੁਲ ਤੇ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਕਈ ਵਾਰੀ ਇਹ ਹੋ ਜਾਂਦਾ ਨਾ ਕਿ ਲੋਕੀ ਕਹਿੰਦੇ ਨੇ ਵੱਡੀਆਂ ਹਸਤੀਆਂ ਛੋਟਿਆਂ ਨੂੰ ਪਛਾਣਦੀਆਂ ਨਹੀਂ ਤੇ ਬਹੁਤ ਚੰਗਾ ਲੱਗਿਆ ਮਿਹਰਬਾਨੀ ਅੱਜਕੱਲ ਕੀ ਕਰ ਰਹੇ ਹੋ ਅੱਜਕੱਲ ਮੈਂ ਆਪਣੇ ਇੱਕ ਗਜ਼ਲ ਦੀ ਕਿਤਾਬ ਮੇਰੀ ਤਿਆਰ ਆ ਛਪਣ ਲਈ ਤੇ ਉਹਦੀ ਪਲਕ ਨੁੱਕ ਸਵਾਰ ਰਹੀ ਆ ਪਾਲਿਸ਼ ਕਰ ਰਹੀ ਆ ਨੂੰ ਕਿੰਨੇ ਸਾਲ ਬਾਅਦ ਕਰ ਰਹੇ ਹੋ ਕਿਤਾਬ ਕਾਫੀ ਸਾਲ ਹੋ ਗਏ तकरीबन 9 ਸਾਲ 2014 ਚ ਮੇਰੀ ਪਹਿਲੀ ਜਣੀ ਇਸ ਤੋਂ ਜਿਹੜੀ ਪਹਿਲੀ ਕਿਤਾਬ 2014 ਚ ਆਈ ਸੀ ਚਿੜੀਆਂ ਉਸ ਤੋਂ ਬਾਅਦ ਇੱਕ ਪਹਿਲੀ ਵਾਰੀ ਜਣੀ ਕਿ ਲੰਮਾ ਇੱਕ ਇੱਕ فاਸਲਾ ਪੈ ਗਿਆ ਇੱਕ ਗੈਪ ਪੈ ਗਿਆ ਸੋ ਹੁਣ ਕਰ ਰਹੀਆਂ ਕਿਤਾਬ ਤਿਆਰ 9 ਸਾਲਾਂ ਬਾਅਦ ਇੰਨੇ ਸਾਲ ਪਾਟਕਾ ਨੇ ਜਾਨ ਨਹੀਂ ਖਾਦੀ ਵੀ ਲਿਖੋ ਹੁਣ ਬਹੁਤ ਲੰਮਾ ਟਾਈਮ ਹੋ ਗਿਆ ਨਾ ਬਹੁਤ ਬਹੁਤ ਕਿਹਾ ਪਾਟਕਾ ਨੇ ਬਹੁਤ ਪਿਆਰ ਕਰਦੇ ਆ ਵੀ ਬਹੁਤ ਸਮਾਂ ਹੋ ਗਿਆ ਕਿਤਾਬ ਦਿਓ ਨਵੀਂ ਪ੍ਰਕਾਸ਼ਕਾਂ ਨੇ ਵੀ ਕਿਹਾ ਕਵਿਤਾ ਤੇ ਕਿਹੜਾ ਆਪਣਾ ਜੋਰ ਹੁੰਦਾ ਹਮਮ ਕਵਿਤਾ ਤਾਂ ਐਸੀ ਸਨਫਾ ਜਿਹਨੂੰ ਅਸੀਂ ਟੇਬਲ ਤੇ ਬੈਠ ਕੇ ਸੋਚ ਕੇ ਦਿਮਾਗ ਨਾਲ ਨਹੀਂ ਲਿਖ ਸਕਦੇ ਇਹ ਤਾਂ ਆਪਣੀ ਮੜਕ ਨਾਲ ਆਉਂਦੀ ਆ ਆਪਦੇ ਲੇਖਕ ਦੇ ਕੋਲੇ ਤੇ ਜਦੋਂ ਜਦੋਂ ਫਿਰ ਇਹਦਾ ਜੀ ਕਰਦਾ ਉਦੋਂ ਫਿਰ ਆਪਣੀਆਂ ਸੂਖਮ ਕਲਾਈਆਂ ਨਾਲ ਕੱਸ ਲੈਂਦੀ ਆ ਕਵੀ ਨੂੰ ਵੀ ਹੁਣ ਮੈਨੂੰ ਲਿਖ ਮੈਨੂੰ ਸਿਰ 'ਚ ਸੋ ਜਦੋਂ ਆ ਜਾਂਦੀ ਆ ਕਵਿਤਾ ਫਿਰ ਉਹਦੇ ਲਿਖ ਲੈਂਦੀ ਆ ਥੋੜੇ ਜਿ ਦਿਨਾਂ ਨੂੰ ਨਾ ਜਿਵੇਂ ਬੀਬੀ ਦਿਹਾੜਾ ਹੋਣ ਵਾਲਾ ਹਨਾ ਬੀਬੀ ਦਿਹਾੜਾ ਹਾਂ ਕੀ ਬਾਤ ਤੇ ਤੁਹਾਡੀ ਇੱਕ ਕਵਿਤਾ ਕੁੜੀਆਂ ਬਹੁਤ ਜ਼ਿਆਦਾ ਸਾਂਝੀ ਕਰਦੀਆਂ ਹੁੰਦੀਆਂ ਨੇ ਹਮ ਕਿ ਹਰ ਯੋਗ ਚ ਮਾਵਾਂ ਧੀਆ ਨੂੰ ਹਨਾ ਮਾਵਾਂ ਧੀਆਂ ਕਵਿਤਾ ਦਾ ਨਾਮ ਹੈ ਤੇ ਮੈਂ ਚਾਹੁੰਦੀ ਆ ਕਿ ਤੁਸੀਂ ਉਹ ਪੂਰੀ ਕਵਿਤਾ ਸੁਣਾਓ ਅੱਜ ਕਿਉਂਕਿ ਉਹਨੂੰ ਹਰ ਕੋਈ ਆਪਣੇ ਢੰਗ ਨਾਲ ਬੋਲਦਾ ਹੈ ਨਾ ਜਦੋਂ ਉਹਨੂੰ ਸਾਂਝੀ ਕਰਦੇ ਨੇ ਤਾਂ ਕੁੜੀਆਂ ਆਪਦੇ ਜਜ਼ਬਾਤ ਲਿਖਦੀਆਂ ਨੇ ਕਿ ਉਹਨਾਂ ਦੀਆਂ ਮਾਵਾਂ ਨੇ ਉਹਨਾਂ ਨੂੰ ਕੀ ਦੱਸਿਆ ਹੋਊਗਾ ਜ਼ਿੰਦਗੀ 'ਚ ਜੀ ਤੇ ਤਾਂ ði ਉਹ ਕਵਿਤਾ ਮੈਨੂੰ ਇਹ ਲੱਗਦਾ ਹੁੰਦਾ ਕਿ ਨਾ ਇੱਕ ਕੁਟਵੇਂ ਦੌਰ 'ਚੋਂ ਹੁੰਦੀ ਹੋਈ ਨਾ ਲੰਮੀ ਉਡਾਰੀ ਭਰ ਲੈਂਦੀ ਆ ਜਿੱਥੇ ਕੁੜੀਆਂ ਨੂੰ ਲੱਗਦਾ ਕਿ ਨਹੀਂ ਸਾਰਾ ਹੀ ਅੰਬਰ ਸਾਡਾ ਹੈ ਸਾਡਾ ਹਾਂ ਤੇ ਉਹ ਸੁਣਾਓ ਪਹਿਲਾਂ ਤੁਸੀਂ ਅੱਜ ਕਹਤਾ ਹੈ ਮਾਵਾ ਤੇ ਧੀਆਂ ਹਾਂਜੀ ਹਰ ਯੁੱਗ ਵਿੱਚ ਮਾਵਾ ਆਪਣੀਆਂ ਧੀਆਂ ਨੂੰ ਕੁਛ ਨਾ ਕੁਛ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾਹ ਰੁਸ਼ਨਾਵੇ ਮੇਰੀ ਮਾਂ ਨੇ ਮੈਨੂੰ ਆਖਿਆ ਸੀ ਸਿਆਣੀਆਂ ਕੁੜੀਆਂ ਲੁੱਕ ਲੁੱਕ ਕੇ ਰਹਿੰਦੀਆਂ ਧੁੱਕ ਧੁੱਕ ਕੇ ਜਿਉਂਦੀਆਂ ਝੁੱਕ ਝੁੱਕ ਕੇ ਤੁਰਦੀਆਂ ਨਾ ਉੱਚਾ ਬੋਲਦੀਆਂ ਨਾ ਉੱਚਾ ਹੱਸਦੀਆਂ ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ ਬਸ ਧੂਏ ਦੇ ਪੱਜ ਰੋਂਦੀਆਂ ਤੇ ਕੰਧਾਂ ਦੇ ਓਲੇ ਘੁੱਗ ਵਸਦੀਆਂ ਕਿ ਕੁੜੀਆਂ ਤਾਂ ਸ਼ਰਮ ਹਯਾ ਦੀਆਂ ਪੁਤਲੀਆਂ ਹੁੰਦੀਆਂ ਸਿਰ ਟੱਕ ਕੇ ਰੱਖਦੀਆਂ ਅੱਖ ਉੱਤੇ ਨਹੀਂ ਚੱਕਦੀਆਂ ਕਿ ਕੁੜੀਆਂ ਤਾਂ ਨਿਹਰੀਆਂ ਗਉਆਂ ਹੁੰਦੀਆਂ ਜਿਹੜੇ ਕਿੱਲੇ ਨਾਲ ਬੰਨ ਦੇਵ ਬੱਜੀਆਂ ਰਹਿੰਦੀਆਂ ਇਹ ਬੇਜ਼ੁਬਾਨ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ ਮੇਰੀ ਮਾਂ ਦਾ ਆਖਿਆ ਹੋਇਆ ਕੋਈ ਵੀ ਬੋਲ ਮੇਰੇ ਕਿਸੇ ਕੰਮ ਨਾ ਆਇਆ ਮੇਰੀ ਮਾਂ ਦਾ ਆਖਿਆ ਹੋਇਆ ਕੋਈ ਵੀ ਬੋਲ ਮੇਰੇ ਕਿਸੇ ਕੰਮ ਨਾ ਆਇਆ ਉਸ ਦਾ ਹਰ ਵਾਕ ਮੇਰੇ ਰਾਹ ਵਿੱਚ ਦੀਵਾਰ ਬਣ ਕੇ ਉੱਤਰ ਆਇਆ ਤੇ ਮੈਂ ਆਪਣੀ ਧੀ ਨੂੰ ਸਮਝਾਇਆ ਮੈਂ ਆਪਣੀ ਧੀ ਨੂੰ ਸਮਝਾਇਆ ਤੂੰ ਕਦਮ-ਕਦਮ ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀ ਤੂੰ ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਤਰੇ ਤੂੰ ਆਪਣੇ ਰੁਤਬੇ ਨੂੰ ਇੰਨਾ ਬਲੰਦ ਇੰਨਾ ਰੋਸ਼ਨ ਕਰੀ ਕਿ ਹਰ ਹਨੇਰਾ ਤੈਨੂੰ ਵੇਖ ਕੇ ਤਰਪਕ ਜਾਵੇ ਹਰ ਜ਼ੰਜੀਰ ਤੈਨੂੰ ਵੇਖ ਕੇ ਮੜੱਕ ਜਾਵੇ ਹਰ ਦੀਵਾਰ ਤੈਨੂੰ ਵੇਖ ਕੇ ਠਿੱਟਕ ਜਾਵੇ ਤੂੰ ਮਾਣ ਨਾਲ ਜਿਉਂਈ ਮਾਣ ਨਾਲ ਮਰੇ ਦੀਵਾਰਾਂ ਨਾਲ ਸਮਝੌਤਾ ਹਰ ਕਿਸ ਨਾ ਕਰੇ ਮੇਰੀ ਧੀ ਵੀ ਆਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਖੇਗੀ ਸ਼ਾਇਦ ਇਸ ਤੋਂ ਵੀ ਵੱਧ ਸੋਨਾ ਇਸ ਤੋਂ ਵੀ ਵੱਧ ਮੁਕਤੀ ਅਤੇ ਮੁਹੱਬਤ ਭਰਿਆ ਕਿਉਂਕਿ ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ ਉਨ੍ਹਾਂ ਦਾ ਰਾਰੁਸ਼ ਨਾਵੇ ਤੇ ਸ਼ਾਇਦ ਯੁੱਗ ਇਦਾਂ ਹੀ ਪਲਟਦੇ ਨੇ ਹਾਂ ਯੁੱਗ ਇਦਾਂ ਹੀ ਪਲਟਦੇ ਨੇ ਤੁਹਾਨੂੰ ਆਪਣੀ ਸਭ ਤੋਂ ਜ਼ਿਆਦਾ ਕਿਹੜੀ ਕਵਿਤਾ ਪਸੰਦ ਹੈ ਗਜ਼ਲ ਜਾਂ ਕਵਿਤਾ ਕੀ ਪਸੰਦ ਹੈ ਤੁਹਾਨੂੰ ਬਹੁਤ ਸਾਰੀਆਂ ਕੋਈ ਅਣਗਿਣਤ ਕਿਉਂਕਿ ਕੁਝ ਕੁ ਚੀਜ਼ਾਂ ਜਿਹੜੀਆਂ ਮੈਂ ਸੋਚਦੀ ਆ ਵੀ ਇਹਨਾਂ ਨੂੰ ਅ ਹੋਰ ਤਰ੍ਹਾਂ ਲਿਖਿਆ ਜਾ ਸਕਦਾ ਸੀ ਜਾਂ ਇਹਨਾਂ ਤੇ ਹੋਰ ਕੰਮ ਹੋ ਸਕਦਾ ਸੀ ਜਾਓ ਮੇਰੇ ਪਹਿਲੇ ਸ਼ੁਰੂਆਤੀ ਦੌਰ ਦਿਆਂ ਨੇ ਜਿੰਨਾ ਬਾਰੇ ਮੈਂ ਸੋਚਦੀ ਆ ਨਾ ਪਰ ਫਿਰ ਮੈਂ ਸੋਚਦੀ ਆ ਵੀ ਉਹ ਉਦੋਂ ਉਹ ਵੀ ਠੀਕ ਹੀ ਸੀਗੀਆਂ ਸੋ ਮੈਨੂੰ ਮੇਰੀਆਂ ਕਿਉਂਕਿ ਜੜੀਆਂ ਮੇਰੀਆਂ ਕਵਤਾਵਾਂ ਗ਼ਜ਼ਲਾਂ ਨਜ਼ਮਾਂ ਜੋ ਵੀ ਆ ਹਨਾ ਮਤਲਬ ਮੈਂ ਮੇਰੀ ਰੂਹ ਦੇ ਵਿੱਚੋਂ ਛਣ ਕੇ ਆਈਆਂ ਨੇ ਮਤਲਬ ਇਦਾਂ ਨਹੀਂ ਹੈਗੀਆਂ ਵੀ ਬਾਹਰੋਂ ਮੈਂ ਕਿਤੇ ਬਾਹਰੋਂ ਇਕੱਠਾ ਕੀਤਾ ਸਮਾਨ ਹਨਾ ਜਾਂ ਐਵੇਂ ਸੋਚ ਕੇ ਦਿਮਾਗ ਨਾਲ ਘੜ ਤਕੜੀ ਆ ਉਹਨਾਂ ਦੀ ਤੇ ਮੇਰੀ ਆਤਮਾ ਚੋਂ ਨਿਕਲੀਆਂ ਹੋਈਆਂ ਮੇਰੇ ਅਨੁਭਵਾਂ ਚੋਂ ਨਿਕਲੀਆਂ ਹੋਣੀਆਂ ਇਸ ਕਰਕੇ ਮੈਨੂੰ ਸਾਰੀਆਂ ਪਸੰਦ ਨੇ ਸਾਰੀਆਂ ਚੰਗੀਆਂ ਲੱਗਦੀਆਂ ਨੇ ਮਾਮਾ ਤੀਆ ਤੁਸੀਂ ਕਿੰਨੇ ਸਾਲ ਪਹਿਲਾਂ ਲਿਖੀ ਸੀ ਮਾਮਾ ਤੀਆ ਮੈਂ ਲਿਖੀ ਸੀ ਕਿ ਜਦੋਂ ਇਹ ਮੇਰੀ ਧੁੱਪ ਦੀ ਚੁੰਨੀ ਵਿੱਚ ਪਹਿਲੀ ਕਵਤਾ ਹੈ ਧੁੱਪ ਦੀ ਚੁੰਨੀ ਮੇਰੀ 2006 ਵਿੱਚ ਛਪੀਆ ਤੇ ਉਦੋਂ ਪਹਿਲਾਂ ਮੇਰੀ ਇੱਕ ਕਣੀਆਂ ਕਿਤਾਬ ਆ ਜਿਹੜੀ ਉਹ ਨਜ਼ਮਾਂ ਦੀ ਆਈ ਹੋਈ ਸੀਗੀ ਤੇ ਕਣੀਆਂ ਕਿਤਾਬ ਆਈਆ ਮੇਰੀ 2000 ਵਿੱਚ ਤੇ ਇਹ ਕਿਤੇ ਫਿਰ 2004-5 ਦੇ ਆਸ-ਪਾਸ ਹੀ ਲਿਖੀ ਹੋਣੀ ਆ ਮੈਂ ਹਾਂਜੀ ਕਿਉਂਕਿ ਮੈਂ ਤਰੀਕਾ ਤਰੁੱਕਾ ਨਹੀਂ ਪਾਈਆਂ ਕਦੇ ਕਵਤਾਵਾਂ ਨਾਲ ਪਰ ਕਿਉਂਕਿ ਫਿਰ ਇਹ 2006 6 ਵਿੱਚ ਜਿਹੜੀ ਕਿਤਾਬ ਛਪੀ ਉਹਦੇ ਵਿੱਚ ਆ ਨਾ ਇਸ ਕਰਕੇ ਪਹਿਲਾ ਸਾਲ ਤੋਂ ਸਾਲ ਪਹਿਲਾਂ ਲਿਖੀ ਹੋਣੀ ਆ ਯਾਦ ਆ ਉਸ ਉਸ ਵਕਤ ਤੁਸੀਂ ਕੀ ਸੋਚਿਆ ਸੀਗਾ ਇਹਨੂੰ ਲਿਖਣ ਤੋਂ ਪਹਿਲਾਂ ਹਾਂਜੀ ਉਦੋਂ ਬਸ ਸੋਚਿਆ ਤਾਂ ਕੁਝ ਵੀ ਨਹੀਂ ਸੀਗਾ ਜਿਵੇਂ ਆਪ ਮਹਾਰੀ ਤੁਰ ਪੈਂਦੀ ਆ ਕਪਤਾ ਹਨਾ ਜਦੋਂ ਮੇਰੀ ਧੀ ਉਹਨਾਂ ਦਿਨਾਂ ਦੇ ਵਿੱਚ ਆਪਣਾ ਸਟਰਗਲ ਜਾਂ ਕਰਦੀ ਸੀਗੀ ਕਹਿੰਦੇ ਸੀਗੇ ਬੱਚੇ ਸਾਨੂੰ ਬਾਹਰ ਭੇਜੋ ਵੀ ਮੈਂ ਡਰਦੀ ਸੀਗੀ ਵੀ ਜ਼ਮਾਨਾ ਵੀ ਚੰਗਾ ਨਹੀਂ ਹੈਗਾ ਜ਼ਮਾਨਾ ਕਦੇ ਵੀ ਨਹੀਂ ਚੰਗਾ ਰਿਹਾ ਧੀਆਂ ਲਈ ਤਾਂ ਹਨਾ ਵੀ ਮੇਰੀ ਧੀ ਵੀ ਹੁਣ ਵੀ ਉਡਾਰੀਆਂ ਭਰਨ ਨੂੰ ਕਹਿੰਦੀ ਆ ਵੀ ਮੈਨੂੰ ਤੁਸੀਂ ਬਸ ਆਜ਼ਾਦ ਕਰ ਦਿਓ ਵੀ ਚਾਹੇ ਮੈਂ ਨੌਕਰੀ ਕਰਾਂ ਚਾਹੇ ਮੈਂ ਵਿਦੇਸ਼ ਜਾਵਾਂ ਤੇ ਵਿਆਹ ਕਰਨ ਬਾਰੇ ਉਹ ਸੋਚਦੀ ਸੀ ਤਾਂ ਕਹਿੰਦੀ ਸੀ ਕਿ ਨਹੀਂ ਵਿਆਹ ਨਹੀਂ ਵੀ ਵਿਆਹ ਕੋਈ ਚੰਗੀ ਚੀਜ਼ ਨਹੀਂ ਹੈਗੀ ਮੈਂ ਵਿਆਹ ਦੇ ਬੰਧਨ ਚ ਨਹੀਂ ਬੱਜਣਾ ਹਾਂ ਸੋ ਬਸ ਉਸ ਡਰ ਚੋਂ ਜਾਂ ਉਸ ਇੱਕ ਆਪਣੇ ਆਪ ਨੂੰ ਤਿਆਰ ਕਰ ਰਹੀ ਸੀ ਕਿ ਮੈਂ ਆਪਣੇ ਆਪ ਨੂੰ ਹਨਾ ਵੀ ਆਪਣੀ ਧੀ ਨੂੰ ਮੈਂ ਆਜ਼ਾਦ ਕਰਦਿਆਂ ਵੀ ਹੁਣ ਇਹ ਪੜੇ ਲਿਖੀ ਆ ਇਹ ਵੱਡੀ ਆ ਇਹ ਸੋਚ ਸਮਝ ਸਕਦੀ ਆ ਆਪਣੇ ਬਾਰੇ ਵੀ ਮੈਂ ਇਹਦੇ ਤੇ ਹੁਣ ਬਹੁਤੇ ਬੰਧਨ ਨਾ ਲਾਵਾਂ ਜਾਂ ਮੈਂ ਇਹਦਾ ਫਿਕਰ ਨਾ ਕਰਾਂ ਇਹਦਾ ਇਹਦਾ ਫਿਊਚਰ ਸੋਚ ਕੇ ਭਵਿੱਖ ਸੋਚ ਕੇ ਮੈਂ ਡਰਾਂ ਨਾ ਹਨਾ ਇਹ ਇਹੋ ਜੀ ਫਿਕਰ ਦੇ ਵਿੱਚੋਂ ਇਹੋ ਜੀ ਚਿੰਤਾ ਦੇ ਵਿੱਚੋਂ ਇਹ ਕਵਤਾ ਆਈ ਸੀਗੀ ਕਿੰਨੇ ਸਾਲ ਦੇ ਸੀਗੇ ਉਹ ਉਸ ਵਕਤ ਇਹ ਅ ਦੋ 2007 ਦੇ ਵਿੱਚ ਜਦੋਂ ਬੇਟਾ ਚੱਲਿਆ ਗਿਆ ਬਾਹਰ ਹਨਾ ਤੇ ਇਹ 2009 ਦੇ ਵਿੱਚ ਬੇਟੀ ਚੱਲੀ ਗਈ ਸੀ ਇਹ ਦੋਨੇ ਬਾਵਾ ਉੱਡਣ ਹਾਰੇ ਜੇ ਸੀਗੇ ਗਭਰੇਟ ਜੀ ਨੂੰ ਕਹਿ ਦਿੰਨੇ ਆਪਾਂ ਹੂੰ ਬੀ 1983 ਦਾ ਜਨਮਾ ਮੇਰੀ ਬੇਟੀ ਦਾ ਹਾਂਜੀ ਦਸੇ ਹਿਸਾਬ ਲਾ ਲਓ ਹੁਣ ਵੀ ਕਿੰਨੇ ਸਾਲ 17 ਸਾਲ ਦਾ ਪਿਛਲੀ ਸਦੀ ਦੇ ਹੋ ਗਏ ਤੇ 5 ਸਾਲ ਵਿੱਚ ਹੋਰ ਜੋੜ ਲਓ ਹਨਾ ਤਾਂ ਜਿਵੇਂ 22 21 22 ਸਾਲ ਦੀ ਉਮਰ ਹੁੰਦੀ ਹੈ ਜਦੋਂ ਹਾਂਜੀ ਇਸ ਤੁਹਾਡੀ ਬੇਟੀ ਦੇਖੋ ਮੇ ਤੋਂ ਵੱਡੀ ਉਮਰ ਦੀ ਹੈ ਤੇ ਤੁਸੀਂ ਮੇਰੇ ਹਾਂ ਦੇ ਲੱਗੀ ਜਾਂਦੇ ਨਹੀਂ ਨਹੀਂ ਮੇਰਾ ਕਿਆਸੇ ਚ ਵਿਆਹ ਹੋਇਆ ਸੀਗਾ ਤੇ 83 ਦਾ ਬੇਟੀ ਦਾ ਜਨਮ ਆ ਹਾਂਜੀ ਬਹੁਤ ਛੋਟੀ ਸੀ ਤੁਸੀਂ ਜਦੋਂ ਤੁਹਾਡਾ ਵਿਆਹ ਹੋਇਆ ਹਾਂ 82 ਦੇ ਵਿੱਚ ਵੀ ਪਹਿਲਾਂ بیٹے ਦਾ ਜਨਮ ਹੋਇਆ ਸੀਗਾ ਸਾਲ ਬਾਅਦ ਹੀ ਬੇਟਾ ਵੀ ਹੋ ਗਿਆ ਸੀਗਾ ਮੇਰੇ ਉਹ ਪੂਰਾ ਪੂਰਾ ਹੋ ਗਿਆ ਸੀਗਾ ਨਿਆਣੀ ਉਮਰ ਸੀਗੀ ਪਤਾ ਨਹੀਂ ਮੈਂ ਤਾਂ ਪਤਾ ਨਹੀਂ ਕੀ ਹੋਇਆ ਸੀ ਵਿਚਾਰੇ ਨੂੰ 7 7 ਮਹੀਨੇ ਦਾ ਹੋ ਕੇ ਪੂਰਾ ਹੋ ਗਿਆ ਸੀਗਾ ਦਾਦੀ ਕੋਲੇ ਹੁੰਦਾ ਸੀ ਜ਼ਿਆਦਾ ਹਾਂਜੀ ਫਿਰ ਬੇਟੀ ਦਾ ਜਨਮ ਹੋਇਆ 83 ਚ ਫਿਰ 86 ਚ ਫਿਰ ਬੇਟਾ ਹੋਇਆ ਹਾਂ ਸੋ ਬਸ ਇਹੋ ਜੀਆਂ ਜਣੀਆਂ ਜੋ ਮੈਂ ਆਪਣੇ ਜੀਵਨ ਚ ਹੰਡਾਇਆ ਸੀਗਾ ਹਨਾ ਜਾਂ ਜੇ ਜਾਂ ਮੈਂ ਆਪਣੀ ਮਾਂ ਨੂੰ ਹੰਡਾਉਂਦੀ ਹੋਈ ਦੇਖਿਆ ਸੀ ਆਪਣੀ ਦਾਦੀ ਨੂੰ ਦੇਖਿਆ ਸੀਗਾ ਜਾਂ ਆਸ-ਪਾਸ ਚਾਚੀਆਂ ਤਾਈਆਂ ਅੰਡਣਾ ਗਾਂਡਣਾ ਚ ਦੇਖਿਆ ਸੀਗਾ ਤੇ ਫਿਰ ਉਹ ਸਾਰੇ ਕਸ ਜਿਹੜਾ ਮਤਲਬ ਇੱਕ ਸੋਚਦੀ ਹੁੰਦੀ ਸੀ ਵੀ ਮੇਰੀ ਧੀ ਦੀ ਲਾਈਫ ਕਿਹੋ ਜੀ ਹੋਵੇ ਧੀ ਮੇਰੀ ਕਿਹੋ ਜਿਹਾ ਜੀਵਨ ਜਿਉਵੇਂ ਹਨਾ ਜਾਂ ਕੁੜੀਆਂ ਨੂੰ ਕਿਹੋ ਜਿਹਾ ਜੀਵਨ ਜਿਉਣਾ ਚਾਹੀਦਾ ਜਾਂ ਮਾਂ ਪਿਓ ਨੂੰ ਕੀ ਕਰਨਾ ਚਾਹੀਦਾ ਕਿ ਉਹਨਾਂ ਦੀਆਂ ਕੁੜੀਆਂ ਥੋੜਾ ਸੁੱਖ ਹਸਾ ਲੈ ਸਕਣ ਇਹੋ ਜੀ ਫਿਕਰਾਂ ਦੇ ਵਿੱਚੋਂ ਕਈ ਕਵਤਾਵਾਂ ਆਈਆਂ ਜਿਨ੍ਹਾਂ ਦੇ ਵਿੱਚ ਮਾਵਾਂ ਧੀਆਂ ਦਾ ਜ਼ਿਕਰ ਆਉਂਦਾ ਮੈਂ ਆਪਣੀ ਬੇਟੀ ਨੂੰ ਮੁਖਾਤਬ ਹੋ ਕੇ ਕੁਛ ਨਾ ਕੁਛ ਕਹਿੰਦੀ ਰਹੀਆਂ ਕਵਤਾਵਾਂ ਰਹੀਆਂ ਸੋ ਇਹ ਇੱਕ ਦੂਜੀ ਪੀੜ੍ਹੀ ਨੂੰ ਅਗਲੀ ਪੀੜ੍ਹੀ ਨੂੰ ਤਿਆਰ ਕਰਨਾ ਹਨਾ ਤੇ ਉਹਨਾਂ ਨੂੰ ਮਤਲਬ ਇੱਕ ਪ੍ਰੇਰਣਾ ਵੀ ਦੇਣੀ ਤਾਂ ਸ਼ਾਇਦ ਇਦਾਂ ਵੀ ਜ਼ਮਾਨੇ ਬਾਰੇ ਸचेत ਵੀ ਕਰਨਾ ਹਨਾ ਇਦਾਂ ਦੀਆਂ ਕਵਤਾਵਾਂ ਸੀਆਂ ਜ਼ਿਆਦਾ ਮੇਰੀਆਂ ਪਹਿਲਾਂ ਮੈਨੂੰ ਲੱਗਿਆ ਸੀਗਾ ਮੇਰਾ ਨਵਾਂ ਜਨਮ ਉਦੋਂ ਹੋਇਆ ਜਦੋਂ ਮੇਰਾ ਵਿਆਹ ਹੋਇਆ ਨਾ ਵੀ ਮੈਨੂੰ ਦੂਜਾ ਘਰ ਪਰਿਵਾਰ ਮਿਲਿਆ ਤੇ ਫੇਰ ਮੈਨੂੰ ਇੱਕ ਜਨਮ ਮੇਰਾ ਉਦੋਂ ਹੋਇਆ ਜਦੋਂ ਮੈਨੂੰ ਪੜਨ ਦੀ ਆਗਾ ਦਿੱਤੀ ਮੇਰੇ ਘਰਦਿਆਂ ਨੇ ਹਨਾ ਮੇਰੇ ਜੀਵਨ ਸਾਥੀ ਨੇ ਕਿਹਾ ਚਲ ਚਲੀ ਜਾ ਕਰ ਸਕੂਲੇ 12 ਸਾਲਾਂ ਬਾਅਦ ਦੁਬਾਰਾ 10ਵੀਂ ਚ ਮੈਂ ਗਈ ਆ ਪੜਨ ਬੱਚਿਆਂ ਦੇ ਨਾਲ ਕਿੰਨੇ ਵਾਰੀ ਕਿਵੇਂ ਸਜਾ ਸਜਾ ਕੇ ਰੱਖਦੀ ਸੀ ਕਿਤਾਬਾਂ ਨੂੰ ਕਦੇ ਚਣ ਕੇ ਇਧਰ ਨੂੰ ਕਦੇ ਇਧਰ ਨੂੰ ਕਦੇ ਇਧਰ ਨੂੰ ਕਦੇ ਕਿਹੜੀ ਦਵਾਰ ਦੇ ਨਾਲ ਲਾ ਕੇ ਕਦੇ ਕਿਹੜੇ ਅੰਗੇਠੀ ਚ ਰੱਖ ਕੇ ਨਾ